ਯੰਗ ਫਾਰਮਰ ਚੈਨਲ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ। ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇੱਕ ਬਹੁਤ ਹੀ ਮਿਹਨਤੀ ਨੌਜਵਾਨ ਦੇ ਨਾਲ, ਜਿਨ੍ਹਾਂ ਨੇ ਕਿ ਆਪਣੇ ਪਿੰਡ ਦੇ ਨਾਮ ਨੂੰ ਬ੍ਰਾਂਡ ਬਣਾਇਆ ਹੈਗਾ ਅਤੇ ਬਾਈ ਹੋਰੀ ਸ਼ਹਿਦ ਦਾ ਕੰਮ ਕਰਦੇ ਨੇ। ਅੱਜ ਉਹ ਸਾਰੀ ਗੱਲਬਾਤ ਕਰਦੇ ਹਾਂ, ਜਾਣਕਾਰੀ ਲੈਂਦੇ ਹਾਂ ਬਾਈ ਕੋਲੇ ਕਿਸ ਤਰ੍ਹਾਂ ਦਾ ਸ਼ਹਿਦ ਹੈਗਾ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਆ ਬਾਈ? ਠੀਕ ਵਧੀਆ ਵਧੀਆ ਵੀਰੇ, ਆਪਣੇ ਸੁਣਾਓ ਕਿਵੇਂ ਚੱਲ ਰਿਹਾ ਕੰਮ ਕਾਰ? ਕੰਮ ਕਾਰ ਵਧੀਆ ਵੀਰੇ। ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਪਿੰਡ ਦੱਸ ਦਿਓ ਜੀ। ਮੇਰਾ ਨਾਮ ਕੁਲਦੀਪ ਸਿੰਘ ਹੈ ਜੀ, ਹਾਂਜੀ, ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਂਡੀ। ਠੀਕ ਹੈ ਬਾਈ। ਬਾਈ ਇੱਧਰ ਆਉਣਾ ਕਿਵੇਂ ਹੋਇਆ? ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ? ਬੀਕੀਪਿੰਗ ਕਰਦੇ ਆ, ਪਿਤਾ ਜੀ ਨੂੰ ਕੰਮ ਕਰਦੇ 12 ਤੋਂ 15 ਸਾਲ ਹੋ ਗਏ। ਹਾਂਜੀ। ਤੇ ਅਸੀਂ 4 ਤੋਂ 5 ਸਾਲ ਦੇ ਵਿੱਚ ਮਾਰਕੀਟਿੰਗ ਦਾ ਕੰਮ ਅਸੀਂ ਨਾਲ ਨਾਲ ਹੁਣ ਕਰਨਾ ਸਟਾਰਟ ਕੀਤਾ। ਠੀਕ ਹੈ ਬਾਈ। ਪਹਿਲਾਂ ਕੀ ਸੀਗਾ, ਬਲਕ ਦੇ ਵਿੱਚ ਕੰਪਨੀ ਨੂੰ ਦਿੰਦੇ ਸੀ, ਕੰਪਨੀਆਂ ਕੀ ਕਰਦੀਆਂ ਸੀਗੀਆਂ, ਮਹਿੰਗੇ ਰੇਟਾਂ ਦੇ ਵੇਚਦੇ ਸੀ ਕਿਸਾਨ ਨੂੰ, ਕਿਸਾਨ ਤੱਕ ਚੀਜ਼ ਨਹੀਂ ਪਹੁੰਚਦੀ ਸਹੀ। ਉਹ ਮਿਲਾਵਟ ਵੀ ਕਰਦੀਆਂ ਵੱਡੀਆਂ ਕੰਪਨੀਆਂ, ਵੱਡੀਆਂ ਕੰਪਨੀਆਂ ਫੁੱਲ ਰੇਟ ਵੀ ਵੇਚਦੀਆਂ ਵੱਡੇ ਮੁੱਲਾਂ ਦੇ ਵਿੱਚ, ਪਰ ਕਿਸਾਨ ਦੀ ਚੀਜ਼ ਕਿਸਾਨ ਤੱਕ ਵਾਜਬ ਰੇਟ ਤੇ ਨਹੀਂ ਪਹੁੰਚਦੀ। ਸਾਡਾ ਮਕਸਦ ਇਹੀ ਸੀਗਾ ਵੀ ਪਿਓਰ ਦੇ ਵਿੱਚ ਚੀਜ਼ ਕਿਸਾਨਾਂ ਤੱਕ ਪਹੁੰਚੇ। ਠੀਕ ਹੈ ਬਾਈ। ਜਿਹੜੇ ਵੀ ਆਪਣੇ ਕਿਸਾਨਾਂ ਨਾਲ ਦੇ, ਉਹਨਾਂ ਤੱਕ ਪਹੁੰਚਣੀ ਜ਼ਰੂਰੀ ਹੈ। ਇਹ ਕੰਮ ਦਾ ਖਿਆਲ ਕਿਵੇਂ ਆਇਆ ਸੀ ਜਦੋਂ ਸ਼ੁਰੂ ਕੀਤਾ ਸੀ? ਕਿਉਂਕਿ ਖਾਨਦਾਨੀ ਕੀਤਾ ਜੀ, ਪਿਤਾ ਪੁਰਖੀ ਕੀਤਾ, ਪਹਿਲਾਂ ਪਿਤਾ ਜੀ ਕੰਮ ਕਰਦੇ ਸੀ, ਨਾਲ ਨਾਲ ਅਸੀਂ ਵੀ ਕੰਮ ਕਰਨਾ ਜਾਇਜ਼ ਸਮਝਿਆ। ਠੀਕ ਹੈ ਬਾਈ। ਤੇ ਬਾਈ ਹੁਣ ਦੱਸਿਓ ਤੁਹਾਡੇ ਕੋਲੇ ਕਿੰਨੇ ਤਰ੍ਹਾਂ ਦਾ ਸ਼ਹਿਦ ਆ ਇੱਥੇ ਟੋਟਲ? ਜੀ ਆਪਣੇ ਕੋਲ 6 ਤਰ੍ਹਾਂ ਦਾ ਸ਼ਹਿਦ ਹੈ ਜੀ ਇਸ ਟਾਈਮ। ਅੱਛਾ ਜੀ। ਤੇ ਜਿਵੇਂ ਕਿ ਦਿਖਾ ਦਿਓ ਕੱਲੀ ਕੱਲੀ ਵੈਰਾਈਟੀ। ਇਹ ਸਰੋਂ ਦੇ ਫੁੱਲਾਂ ਦਾ ਸ਼ਹਿਦ ਹੈ। ਹਾਂਜੀ, ਮਸਟਰਡ ਆਣੀ ਜਿਹਨੂੰ, ਇਹ 80% ਇੰਡੀਆ ਦੇ ਵਿੱਚੋਂ ਬਾਹਰ ਐਕਸਪੋਰਟ ਹੋ ਜਾਂਦਾ ਜੀ। ਅਮਰੀਕਾ ਵਿੱਚ ਜਿੰਨੇ ਵੀ ਲੋਕ ਜੰਮਿਆ ਹੋਇਆ ਸ਼ਹਿਦ ਖਾਣਾ ਪਸੰਦ ਕਰਦੇ ਆ, ਪਰ ਉਹਦੇ ਉਲਟ ਆਪਣੇ ਧਾਰਨਾ ਫਲਾਈ ਗਈ ਹੈ ਕਿ ਜੰਮਿਆ ਹੋਇਆ ਸ਼ਹਿਦ ਡੁਪਲੀਕੇਟ ਹੁੰਦਾ ਜੀ। ਇਹ ਕੰਪਨੀਆਂ ਦੀ, ਵੱਡੀਆਂ ਕੰਪਨੀਆਂ ਦੀ ਐਡਵਰਟਾਈਜ਼ਮੈਂਟ ਪਹਿਲਾਂ ਉਸ ਹਿਸਾਬ ਨਾਲ ਕੀਤੀ ਹੋਈ ਹੈ। ਸਭ ਤੋਂ ਪਹਿਲਾਂ ਆਪਣੇ ਲੋਕਾਂ ਦਾ ਸਵਾਲ ਹੀ ਇਹ ਹੁੰਦਾ ਵੀ ਬਾਈ ਜੰਮਦਾ, ਜਿਹੜਾ ਜੰਮ ਗਿਆ ਉਹਨੂੰ ਸਿੱਟ ਦਿੰਦੇ, ਖਾਣਾ ਬੰਦ ਕਰ ਦਿੰਦੇ ਆ। ਠੀਕ ਹੈ ਬਾਈ। ਪਰ ਇਹ ਵੀ ਜੰਮਿਆ ਹੋਇਆ ਸ਼ਹਿਦ ਸਭ ਤੋਂ ਪਿਓਰ ਚੀਜ਼ ਹੁੰਦੀ ਹੈ, ਜਿਹਨੂੰ ਆਪਾਂ ਡੁਪਲੀਕੇਟ ਨਹੀਂ ਕਹਿ ਸਕਦੇ ਕਿਸੇ ਵੀ ਟਾਈਮ। ਠੀਕ ਹੈ ਬਾਈ। ਇਹ ਮਾਸਟਰਡ ਆਣੀ ਹੈ, ਗਲੂਕੋਜ਼ ਦੀ ਮਾਤਰਾ ਕਰਕੇ ਜੰਮ ਜਾਂਦਾ। ਓਕੇ। ਇਹੀ ਕਾਰਨ ਹੈ ਜੰਮਣ ਦਾ। ਇਹਦੇ ਚ ਗਲੂਕੋਜ਼ ਕੰਟੈਂਟ ਜ਼ਿਆਦਾ ਹੁੰਦਾ? ਹਾਂ, ਗਲੂਕੋਜ਼ ਦਾ ਕੰਟੈਂਟ ਜ਼ਿਆਦਾ। ਹੋਰ ਦੱਸੋ ਕਿਹੜੇ ਕਿਹੜੇ ਵੈਰਾਈਟੀਆਂ? ਇਸ ਤੋਂ ਬਾਅਦ ਸਰ ਇਹ ਹਿਮਾਚਲ ਦਾ ਹੈ। ਹਾਂਜੀ। ਇਹਦਾ ਕਲਰ ਤੇ ਟੇਸਟ ਅਲੱਗ ਹੋਊਗਾ ਸਰ। ਠੀਕ ਹੈ ਬਾਈ। ਕੜੀ ਪੱਤਾ ਤੇ ਟਾਲੀ ਦਾ ਕੰਮ ਹੁੰਦਾ ਸਰ ਇਹ ਚ ਜੀ। ਇਹਦਾ ਟੇਸਟ ਕਲਰ ਦੇ ਅਕੋਰਡਿੰਗ, ਜਿਹਦੇ ਵੀ ਫਲੋਰ ਦੇ ਅਕੋਰਡਿੰਗ ਹੁੰਦਾ ਉਸੇ ਅਕੋਰਡਿੰਗ ਦਾ ਟੇਸਟ ਹੁੰਦਾ ਜੀ। ਜੀ। ਜਿੰਨੇ ਵੀ ਫਲੋਰੇ ਆ ਗਏ ਉਹਨਾਂ ਦਾ ਬੈਨੀਫਿਟ ਵੀ ਅਲੱਗ ਅਲੱਗ ਹੁੰਦਾ ਹੈ ਨਾ? ਉਹਨਾਂ 'ਚ ਐਂਟੀਆਕਸੀਡੈਂਟ ਦਾ ਥੋੜਾ ਬਹੁਤ ਫਰਕ ਪੈਂਦਾ, ਬਾਕੀ ਐਂਜ਼ਾਈਮ ਸੇਮ ਹੁੰਦੇ ਸਰ ਜੀ। ਇਹ ਤੁਲਸੀ ਦੇ ਫੁੱਲਾਂ ਦਾ ਸਰ ਜੀ ਬਾਈ, ਇਹ ਤੁਲਸੀ ਦੇ ਫੁੱਲਾਂ ਦਾ ਸ਼ਹਿਦ ਸਰ, ਜਿਹੜਾ ਤੁਲਸੀ ਦੇ ਫੁੱਲਾਂ ਨੂੰ ਮੱਖੀ ਹੁੰਦੀ ਜੰਗਲ ਦੇ ਵਿੱਚ। ਠੀਕ ਹੈ। ਐਮਪੀ ਸਾਈਡ ਹੁੰਦੀ ਹੈ, ਕੁਝ ਨਹੀਂ ਪਾਇਆ ਇਸ ਫ੍ਰੈਗਰੈਂਸ ਵਾਸਤੇ। ਇਸ ਤੋਂ ਬਾਅਦ ਇਹ ਅਕੇਸ਼ੀਆ ਸ਼ਹਿਦ ਆ ਸਰ। ਹਾਂਜੀ, ਕਸ਼ਮੀਰ ਦਾ। ਓਕੇ। ਅਕੇਸ਼ੀਆ ਹੁੰਦੀ ਹੈ, ਕਿੱਕਰ ਹੁੰਦੀ ਹੈ ਵਾਈਟ ਫੁੱਲਾਂ ਵਾਲੀ ਜੀ। ਅਕੇਸ਼ੀਆ ਕਿੱਕਰ ਸ਼੍ਰੀਨਗਰ ਸਰ, ਉਧਰੋਂ ਨਿਕਲਦਾ ਸਰ। ਇਹਦਾ ਫਿਰ ਬੈਨੀਫਿਟ ਕੀ ਹੁੰਦੇ ਆ ਬਾਈ? ਬੈਨੀਫਿਟ ਸਰ ਸੇਮ ਹੁੰਦੇ ਆ, ਜਿਹੜੇ ਐਂਟੀਆਕਸੀਡੈਂਟ ਹੁੰਦੇ ਆ ਸਾਰਾ ਡਿਫਰੈਂਸ ਹੁੰਦੇ। ਓਕੇ। ਹਰੇਕ ਫਲਾਵਰ ਦੇ ਅਕੋਰਡਿੰਗ ਇਹਦੇ ਡਿਫਰੈਂਸ ਹੁੰਦੇ। ਬਾਕੀ ਕੋਈ ਪੈਸਟੀਸਾਈਡ ਦਾ ਨਹੀਂ ਹੁੰਦਾ? ਨਹੀਂ ਸਰ, ਪੈਸਟੀਸਾਈਡ ਪੇੜ ਦੇ ਉੱਤੇ ਪੈਸਟੀਸਾਈਡ ਹਾਂ ਨਹੀਂ ਹੁੰਦਾ ਹਨਾ? ਹਾਂਜੀ। ਠੀਕ ਹੈ ਬਾਈ। ਉਦਾਂ ਹੀ ਹੈ ਇਹ ਕੋ ਵਾਲਾ ਜੀ। ਇਸ ਤੋਂ ਬਿਨਾ ਇਹ ਜਾਮਨ ਦੇ ਫੁੱਲਾਂ ਦਾ ਸਹਿਦ ਸਰ ਜੀ। ਇਹਦਾ ਟੇਸਟ ਤੇ ਕਲਰ ਡਾਰਕ ਜਾ ਹਨਾ? ਹਾਂਜੀ ਸਰ ਜੀ। ਠੀਕ ਹੈ। ਇਸ ਤੋਂ ਇਲਾਵਾ ਸਰ ਆਪਣੇ ਕੋਲੇ ਬੇਰੀ ਦੇ ਫੁੱਲਾਂ ਦਾ ਸਹਿਦ ਹੈ ਸਰ। ਹਾਂਜੀ, ਜਿਹੜਾ ਜ਼ਿਆਦਾ ਚੱਲਦਾ ਜਿਵੇਂ ਨੋਰਮਲੀ। ਇਹਦਾ ਸਵਾਦ ਤੁਹਾਨੂੰ ਜਿਵੇਂ ਆਪਣੇ ਛੋਟੇ ਫੁੱਲ ਛੋਟੇ ਮੱਖੀ ਹੁੰਦੀ ਹੈ ਉਦਾਂ ਦਾ ਟੇਸਟ ਆਊਗਾ ਸਰ ਜੀ ਬਾਈ। ਬਹੁਤੇ ਲੋਕ ਛੋਟੀ ਮੱਖੀ ਦਾ ਸ਼ਹਿਦ ਬਹੁਤ ਘੱਟ ਹੁੰਦਾ, ਬਹੁਤ ਘੱਟ ਕੁਆਂਟਿਟੀ 'ਚ ਹੁੰਦਾ, ਪਰ ਲੋਕ ਕੀ ਕਰਦੇ ਇਸੇ ਨੂੰ ਛੋਟੀ ਮੱਖੀ ਦਾ ਸ਼ਹਿਦ ਕਰਕੇ ਵੇਚੀ ਵੇਚੀ ਜਾਂਦੇ ਮਾਰਕੀਟ ਦੇ ਵਿੱਚ, ਬਹੁਤ ਕੁਛ ਇੱਦਾਂ ਦਾ ਕਰ ਰਹੇ ਨੇ ਜੀ। ਪਰ ਅਸੀਂ ਇਸੇ ਕਰਕੇ ਟੇਸਟ ਕਰਾ ਰਹੇ ਹਾਂ ਲੋਕਾਂ ਨੂੰ, ਜਿਹੜੇ ਵੀ ਕਿਸਾਨ ਆ ਰਹੇ ਨੇ ਵੀ ਆਪਾਂ ਨੂੰ ਪਿਓਰ ਚੀਜ਼ ਪਤਾ ਲੱਗ ਜਾਏ, ਅਰੋਮੇ ਦੇ ਅਕੋਰਡਿੰਗ ਸ਼ਹਿਦ ਲੋਕ ਕਿਤੋਂ ਵੀ ਜੀ ਜੀ। ਬਾਕੀ ਬਾਈ ਜਿਹੜੀ ਤੁਸੀਂ ਵੈਲਿਊਡੇਸ਼ਨ ਕੀਤੀ ਆ ਹਨਾ? ਹਾਂਜੀ ਸਰ। ਆਪਾਂ ਦੇਖ ਰਹੇ ਹਾਂ ਇਹਦੇ ਬਾਰੇ ਵੀ ਦੱਸਿਓ ਹਨਾ? ਇਹ ਸਾਰਾ ਡਰਾਈ ਫਰੂਟ ਹੈ। ਹਾਂਜੀ, ਸ਼ਹਿਦ ਦੇ ਵਿੱਚ ਇਹ ਵੀ ਸਾਰੇ ਡਰਾਈ ਫਰੂਟ ਪਾਏ ਹੋਏ ਨੇ। ਹਾਂਜੀ ਸਰ ਜੀ ਬਾਈ। ਇਹਦਾ ਕੀ ਮਕਸਦ ਹੈਗਾ? ਇਹ ਸਰਦੀ ਦੇ ਵਿੱਚ ਬੱਚਿਆਂ ਨੂੰ ਜਿਵੇਂ ਠੰਡ ਲੱਗਦੀ ਹੈ ਜਾਂ ਨਿਊਟ੍ਰੀਸ਼ਨ ਮਿਲਦਾ,
ਨਾਲੇ ਠੰਡ ਤੋਂ ਦੂਰ ਰਹਿੰਦੇ ਸੀ ਜੀ। ਇਹ ਵੀ ਭੁੱਲਣਾ ਸਰ, ਸੁਪਰ ਫੂਡ ਦੇ ਤੌਰ ਤੇ ਜਾਣਿਆ ਜਾਂਦਾ। ਇਹ ਚ ਮਲਟੀ ਵਿਟਾਮਿਨ, ਮੰਨ ਲਓ ਵਿਟਾਮਿਨ ਬੀ ਕੰਪਲੀਟ ਹੁੰਦਾ, A1 ਪ੍ਰੋ ਹੁੰਦਾ। ਇਹਨੂੰ ਡਾਇਬਟੀਜ਼ ਹੋ ਗਈ ਸਰ, ਕਿਸੇ ਨੂੰ ਮਤਲਬ ਕਹਿ ਸਕਦੇ ਵੀ ਆਪਾਂ ਵੀਕਨੈਸ, ਸਰੀਰਕ ਵੀਕਨੈਸ ਹੈ, ਮਰਦਾਨਾ ਵੀਕਨੈਸ, ਕਿਸੇ ਵੀ ਪ੍ਰੋਬਲਮ ਆਉਂਦੀ ਹੈ, ਸ਼ੁਕਰਾਣੂਆਂ ਦੀ ਕਮੀ ਹੈ ਜਮਾ, ਉਹਦਾਂ ਦੀ ਹੀਟਅਪ ਬੀਟਅਪ ਕਰਦੇ ਸੀ। ਠੀਕ ਹੈ ਬਾਈ, ਇਸ ਤੋਂ ਬਾਅਦ ਲਸਣ ਦੇ ਵਿੱਚ ਵੀ ਦੋ ਇਹ ਗਾਰਲਿਕ ਫਰਮੈਂਟੇਸ਼ਨ ਕਰਾਈ ਹੋਈ ਹੈ ਆਪਣੀ। ਠੀਕ ਹੈ ਬਾਈ, ਗਾਰਲਿਕ ਫਰਮੈਂਟੇਸ਼ਨ ਕਰਾਉਣ ਦੇ ਗੁਣ ਇਹਦੇ 'ਚ ਇਹ ਹੈਗੇ ਆ, ਕੋਲੈਸਟ੍ਰੋਲ, BP, ਹਾਰਟ ਦੀ ਪ੍ਰੋਬਲਮ ਹੋ ਗਈ, ਕਿਸੇ ਨੂੰ ਕਲਾਊਡ ਬਣਦੇ ਆ, ਬਲੱਡ ਨੂੰ ਸਰਕੂਲੇਟ ਰੱਖਦੀ ਸੀ। ਠੀਕ ਹੈ ਬਾਈ, ਸਿੱਧੇ ਪਾਸੇ ਕਹੀਏ ਲਸਣ ਛਿੱਲ ਕੇ ਸ਼ਹਿਰ ਚ ਪਾ ਦੇਣੇ, ਲਸਣ ਪਾ ਕੇ ਇਹਨੂੰ ਡੇਢ ਮਹੀਨੇ ਦਾ ਪ੍ਰੋਸੈਸ ਹੁੰਦਾ ਸਰ, ਛਿੱਲ ਕੇ ਬਰੀਕ ਮੋਰੀਆਂ ਕਰ ਲਓ ਜਾਂ ਬਰੀਕ ਕੱਟ ਲਓ, ਫਿਰ ਕੈਮੀਕਲ ਰਿਐਕਸ਼ਨ ਹੁੰਦੇ ਸਰ, ਕੱਚ ਦੀ ਸ਼ੀਸ਼ੇ 'ਚ ਪਾਉਣਾ ਹੈ ਅਤੇ ਇਹਨੂੰ ਢੱਕਣ ਖੋਲਦੇ ਰਹਿਣਾ। ਓਕੇ, 1 ਤੋਂ 1.5 ਮਹੀਨਾ ਦਾ ਪ੍ਰੋਸੈਸ ਹੁੰਦਾ ਸਰ, ਫਿਰ ਇਹ ਫਰਮੈਂਟੇਸ਼ਨ ਹੋ ਜਾਂਦੀ ਹੈ ਪ੍ਰੋਪਰ। ਠੀਕ, ਫਿਰ ਤੁਸੀਂ 1 ਚਮਚਾ ਡੇਲੀ ਖਾਲੀ ਪੇਟ ਲੈ ਸਕਦੇ ਹੋ। ਬਾਈ ਇਹ ਸੋਪ ਵੀ ਤੁਸੀਂ ਆਪ ਬਣਾਉਂਦੇ? ਹਾਂਜੀ, ਇਹ ਸੋਪ ਹੁੰਦੀ ਸਰ, ਹਨੀ ਸੋਪ, ਇਹ ਹਨੀ ਦੇ ਨਿੰਮ ਦੀ ਸੋਪ ਹੈ ਸਰ ਜੀ। ਇਸ ਤੋਂ ਇਲਾਵਾ ਇਹ ਮੁਲਤਾਨੀ ਮਿੱਟੀ ਦੇ ਸ਼ਹਿਦ ਦੀ। ਅੱਛਾ, ਇਸ ਤੋਂ ਇਲਾਵਾ ਗੋਟ ਮਿਲਕ ਦੀ ਸਰ, ਬੱਕਰੀ ਦੇ ਦੁੱਧ ਦੀ। ਹਾਂਜੀ, ਠੀਕ ਹੈ। ਇਹ ਐਲੋਵੇਰਾ ਸਰ ਜੀ। ਬਾਈ ਜਿਹੜਾ ਤੁਹਾਡਾ ਬ੍ਰਾਂਡ ਕੇਸਰ ਤੇ ਕੇਸਰ ਵਾਲਾ, ਠੀਕ ਹੈ ਬਾਈ, ਕੇਸਰ ਫਿਰ ਉਹ ਤੁਸੀਂ ਖੁਦ ਹੀ ਲਿਆਉਣਾ? ਹਾਂਜੀ ਸਰ, ਕਸ਼ਮੀਰ ਤੋਂ ਲੈ ਕੇ ਆਉਣਾ। ਇਹਦੇ ਨਾਲ ਨਾਲ ਅਖਰੋਟ ਸਰ ਪਾਏ ਹੋਏ ਨੇ, ਅਖਰੋਟ। ਹਾਂਜੀ, ਠੀਕ ਹੈ ਜੀ। ਇਹ ਵੀ ਸ਼ਹਿਦ ਚ ਪਾਏ? ਇਹ ਸ਼ਹਿਦ ਵਿੱਚ ਹੁੰਦੀ ਸਰ। ਇਹ ਚੀਜ਼ਾਂ ਨੂੰ ਬਈ ਲੋਕ ਪਸੰਦ ਕਰਦੇ ਆ? ਹਾਂਜੀ ਸਰ, ਕਿਉਂਕਿ ਕਾਫੀ ਮਾਤਰਾ ਵਿੱਚ ਸ਼ਹਿਦ ਆਪਾਂ ਸੋਚਦੇ ਆ ਵੀ ਸਿਆਲ ਚ ਖਾਣਾ ਹੈਗਾ, ਬੱਚੇ ਨੂੰ ਠੰਡ ਲੱਗ ਦੇ ਦਿਓ। ਗੱਲ ਇਹ ਸੀ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਬੇਸਿਕਲੀ ਇੰਨਾ ਨਹੀਂ ਪ੍ਰਚਲਿਤ ਸੀਗਾ, ਹੁਣ ਥੋੜੇ ਟਾਈਮ ਤੋਂ ਰੂਟੀਨ ਦੇ ਵਿੱਚ ਖਾਣਾ ਸ਼ੁਰੂ ਕੀਤਾ ਲੋਕਾਂ ਨੇ, ਤੇ ਬਿਮਾਰੀਆਂ ਤੋਂ ਦੂਰ ਹੁੰਦੇ ਆ, ਦੂਰ ਹੁੰਦੇ, ਕਿਉਂਕਿ ਐਲੋਪੈਥੀ ਦਵਾਈ ਜ਼ਿਆਦਾ ਵਧਣ ਦਾ ਕਾਰਨ ਹੀ ਹੈ, ਆਯੁਰਵੇਦ ਤੋਂ ਦੂਰ ਹੋ ਗਿਆ। ਆਯੁਰਵੇਦ ਵਿੱਚ ਸੀਖ ਹੀ ਆਪਣਾ ਨੈਚੁਰਲ ਪ੍ਰੋਸੈਸ ਕੀਤੀਆਂ ਹੋਈਆਂ ਚੀਜ਼ਾਂ, ਘਰ ਦੀਆਂ ਚੀਜ਼ਾਂ, ਘਰ ਦੇ ਆਪਣੇ ਪ੍ਰੋਡਕਟ, ਉਹਨਾਂ ਤੋਂ ਆਪਾਂ ਦੂਰ ਹੋ ਗਏ। ਜਦੋਂ ਕਿ ਜ਼ਿਆਦਾ ਪ੍ਰੋਸੈਸ ਫੂਡ ਦੇ ਵਿੱਚ ਆ ਗਏ ਤੇ ਉਹਨਾਂ ਕਰਕੇ ਆਪਾਂ ਦੂਰ ਹੋ ਗਏ ਜੀ, ਤੇ ਐਲੋਪੈਥੀ ਦਵਾਈਆਂ ਵੀ ਜ਼ਿਆਦਾ ਯੂਜ਼ ਕਰਨ ਲੱਗ ਗਏ। ਆਪਾਂ ਚਾਹੁੰਦੇ ਹਾਂ ਕਿ ਨਾਲ ਦੀ ਨਾਲ ਦਵਾਈ ਖਾਧੀ ਤੇ ਆਰਾਮ ਆ ਜੇ, ਪਰ ਆਪਾਂ ਵੇਟ ਨਹੀਂ ਕਰਦੇ, ਇਸੇ ਕਰਕੇ ਪ੍ਰੋਬਲਮ ਆ ਰਹੀ ਹੈ ਸਰ। ਠੀਕ ਹੈ ਬਾਈ, ਜੇ ਆਪਾਂ ਨੈਚੁਰਲੀ ਚੀਜ਼ਾਂ ਵਰਤਾਂਗੇ, ਕੋਈ ਵੀ ਚੀਜ਼ ਆਪਣੇ ਕੋਲ ਜਿਵੇਂ ਮੂਲ ਅਨਾਜ ਹੋ ਗਏ, ਸ਼ਹਿਦ ਹੋ ਗਿਆ, ਸ਼ਹਿਦ ਦੇ ਆਪਣੇ ਪ੍ਰੋਡਕਟ ਹੋ ਗਏ, ਜਾਂ ਆਪਣੇ ਕੋਲ ਘਰ ਦੀਆਂ ਬਣੀਆਂ ਔਰਗੈਨਿਕ ਪ੍ਰੋਡਕਟ ਹੈਗੇ ਆ, ਉਹਨਾਂ ਚੀਜ਼ਾਂ ਦਾ ਬਿਮਾਰੀਆਂ ਤੋਂ ਪਹਿਲਾਂ ਹੀ ਦੂਰ ਕਰ ਦੇਣੀਆਂ ਸਰ ਉਹਨਾਂ ਨੇ, ਬਿਮਾਰੀਆਂ ਲੱਗਣ ਨਹੀਂ ਦੇਣੀਆਂ, ਨਾ ਕਿ ਆਪਾਂ ਨੂੰ ਐਲੋਪੈਥੀ ਇਮਿਊਨਿਟੀ ਬੂਸਟ ਕਰ ਦੇਣੀ ਹੈ। ਐਲੋਪੈਥੀ ਦਵਾਈਆਂ ਦੀ ਲੋੜ ਨਾ ਪਵੇ, ਐਲੋਪੈਥੀ ਦਵਾਈਆਂ 1 ਦਵਾਈ ਲੈਣੇ ਆ, ਦੂਜੀ ਬਿਮਾਰੀ ਖੜੀ ਹੋ ਜਾਂਦੀ ਸਰ ਉਹਦੇ ਨਾਲ, ਇਸੇ ਕਰਕੇ ਚਾਹੀਦਾ ਆਪਾਂ ਨੂੰ। ਬਾਈ ਤੁਹਾਡੀ ਪੈਕਿੰਗ ਬੜੀ ਸੋਹਣੀ ਆ ਹਨਾ, ਜਿਹੜੀ ਗੱਲ ਮੇਨ ਹੈਗੀ ਆ ਵੀ ਤੁਸੀਂ ਆਪਦੇ ਪਿੰਡ ਦੇ ਨਾਮ ਨੂੰ ਬ੍ਰਾਂਡ ਬਣਾਇਆ ਹੈਗਾ, ਹਾਂਜੀ ਸਰ, ਇਹ ਖਿਆਲ ਕਿਵੇਂ ਆਇਆ ਸੀਗਾ? ਸਰ ਬਸ ਪਿੰਡ ਦੇ ਨਾਮ, ਬਾਂਡੀ ਦੇ ਨਾਮ ਤੇ ਥੋੜਾ ਜਿਹਾ ਜਾਣ ਪਛਾਣ, ਇਧਰ ਬੈਕਵਰਡ ਏਰੀਆ ਸਮਝਦੇ ਸੀਗੇ, ਹਾਂਜੀ, ਉਸ ਨੂੰ ਪ੍ਰਫੁੱਲਿਤ ਕਰਨ ਲਈ ਅਸੀਂ ਆਪਦੇ ਪਿੰਡ ਦੇ ਨਾਮ ਤੇ ਬ੍ਰਾਂਡ ਬਣਾਇਆ। ਠੀਕ ਆ ਬਾਈ, ਤੇ ਜੇ ਆਪਾਂ ਬਾਈ ਇਹਦੀ ਸੇਲ ਦੀ ਗੱਲ ਕਰੀਏ, ਕਮਾਈ ਦੀ ਗੱਲ ਕਰੀਏ, ਹਾਂਜੀ ਸਰ, ਕਿੰਨਾ ਕੁ ਵੇਚਦੇ ਨੇ ਸ਼ਾਇਦ, ਸਾਲ ਦੀ ਗੱਲ ਕਰੀਏ ਹਨਾ, ਕਿੰਨਾ ਕੁ ਆਪਣਾ ਹੋ ਜਾਂਦਾ ਟਰਨਓਵਰ? ਸਰ ਅਸੀਂ 3 ਤੋਂ 4 ਸਾਲ ਹੋ ਗਏ ਜਿਹੜਾ ਰੂਟੀਨ ਮਾਰਕੀਟ ਕਰ ਰਹੇ ਹਾਂ, 10 ਤੋਂ 15 ਲੱਖ ਦਾ ਟਰਨਓਵਰ ਹੈ ਸਾਲ ਦਾ। 10 ਤੋਂ 15? ਹਾਂਜੀ ਸਰ, ਲੱਖ ਦਾ। ਹਾਂਜੀ ਸਰ, ਠੀਕ ਆ ਬਾਈ, ਬਹੁਤ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਹਨਾ, ਇਹੋ ਜਿਹੇ ਮਿਹਨਤੀ ਨੌਜਵਾਨ ਆ ਜਿਹੜੇ
ਉਹ ਪੰਜਾਬ ਦੇ ਨੌਜਵਾਨਾਂ ਨੂੰ ਦੱਸ ਰਹੇ ਆ ਕਿ ਜੇ ਕਿਸੇ ਨੇ ਕੰਮ ਕਰਨਾ ਹੈਗਾ, ਮਿਹਨਤ ਕਰਨੀ ਆ, ਤਾਂ ਪੰਜਾਬ ਦੇ ਵਿੱਚ ਵੀ ਬੜੇ ਕੰਮ ਹੈਗੇ ਨੇ, ਬੜੀਆਂ ਸੰਭਾਵਨਾਵਾਂ ਹੈਗੀਆਂ ਨੇ। ਅਤੇ ਅੱਜ ਬਾਈ ਹੈਗਾ ਜਿਹੜਾ, ਜਿਵੇਂ ਆਪਾਂ ਦੇਖਦੇ ਹਾਂ ਵੱਡੇ ਵੱਡੇ ਮੌਲਾਂ ਦੇ ਵਿੱਚ ਪੈਕਿੰਗ ਹੁੰਦੀ ਹੈ ਸ਼ਹਿਦ ਦੀ, ਅਤੇ ਤੁਸੀਂ ਇਹਨਾਂ ਦੀ ਲੇਬਲਿੰਗ ਦੇਖ ਲਓ, ਹਨਾ, ਪੈਕਿੰਗ ਦੇਖ ਲਓ, ਬਹੁਤ ਵਧੀਆ ਜਿਹੜੀ ਐਕਸਪੋਰਟ ਲੈਵਲ ਦੀ ਇਹਨਾਂ ਦੀ ਪੈਕਿੰਗ ਹੈਗੀ ਆ। ਬਾਈ ਆਪਣਾ ਕੰਟੈਕਟ ਨੰਬਰ ਵੀ ਦੱਸ ਦਿਓ ਜੀ। 9722 9792 9752 9952 ਬਹੁਤ ਬਹੁਤ ਧੰਨਵਾਦ ਬਾਈ। ਠੀਕ ਹੈ ਸਰ, ਧੰਨਵਾਦ।